ਗੁਬਾਰੇ ਦਾ ਫੁਆਰਾ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਗੁਬਾਰਾ, ਇੱਕ ਕੜਕ ਸਟਰਾਅ, ਸੂਈ ਅਤੇ ਟੇਪ। ਕੜਕ ਸਟਰਾਅ ਦਾ ਇੱਕ ਸਿਰਾ ਟੇਪ ਨਾਲ ਬੰਦ ਕਰੋ। ਸੂਈ ਨੂੰ ਸਟਰਾਅ ਵਿੱਚ ਆਰ ਪਾਰ ਕਰਕੇ ਦੋ ਮੋਰੀਆਂ ਕਰੋ। ਸੂਈ ਨਾਲ ਦੁਬਾਰਾ ਆਰ ਪਾਰ ਦੋ ਮੋਰੀਆਂ ਕਰੋ ਤਾਂ ਕਿ ਸਟਰਾਅ ਵਿੱਚ ਬਰਾਬਰ ਦੂਰੀ ਤੇ ਚਾਰ ਮੋਰੀਆਂ ਹੋਣ। ਗੁਬਾਰੇ ਦਾ ਮੂੰਹ ਆਪਣੇ ਹੱਥ ਨਾਲ ਬੰਦ ਕਰੋ। ਸਟਰਾਅ ਦੇ ਖੁੱਲ੍ਹੇ ਸਿਰੇ ਨੂੰ ਗੁਬਾਰੇ ਵਿੱਚ ਪਾ ਕੇ ਉਸਨੂੰ ਰਬਰ ਬੈਂਡ ਨਾਲ ਬੰਦ ਕਰ ਦਿਓ। ਜਦੋਂ ਤੁਸੀਂ ਗੁਬਾਰੇ ਦਾ ਮੂੰਹ ਛੱਡੋਗੇ ਤਾਂ ਗੁਬਾਰਾ ਪਾਣੀ ਦੇ ਦਬਾਅ ਪਾਏਗਾ ਅਤੇ ਉਹ ਇੱਕ ਸੁੰਦਰ ਫੁਆਰੇ ਦੀ ਤਰ੍ਹਾਂ ਸਟਰਾਅ ਦੀਆਂ ਚਾਰ ਮੋਰੀਆਂ ਵਿੱਚੋਂ ਬਾਹਰ ਨਿਕਲੇਗਾ। ਜੇ ਤੁਸੀਂ ਗੁਬਾਰੇ ਨੂੰ ਉਲਟਾਓਗੇ ਤਾਂ ਉਹ ਖੂਬਸੂਰਤ ਪਾਣੀ ਛਿੜਕਾਉਣ ਵਾਲਾ ਬਣ ਜਾਏਗਾ।